ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਿਯਪੜ ਇਮੀਗ੍ਰੇਸ਼ਨ ਤੋਂ ਸਰਬਜੀਤ ਸਿੰਘ ਅੱਜ ਦੁਬਾਰਾ ਤੁਹਾਡੇ ਰੂਬਰੂ ਹੋ ਰਿਹਾ। ਅੱਜ ਮੇਰਾ ਪੁਆਇੰਟ ਦੁਬਾਰਾ ਓਪਨ ਵਰਕ ਪਰਮਿਟ ਦੇ ਕੁਝ ਡਾਊਟਸ ਜਿਹੜੇ ਸੀਗੇ ਉਹ ਕਲੀਅਰ ਕਰਨ ਦੇ ਲਈ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕੁਝ ਬੱਚਿਆਂ ਦਾ ਕਹਿਣਾ ਹੈ ਕਿ ਡਰੌਪ 'ਚ ਫਾਈਲ ਲੱਗ ਜਾਏਗੀ, ਤਾਂ ਮੇਰਾ ਆਨਸਰ ਇਹ ਹੈ ਯੈਸ, ਡਰੌਪ 'ਚ ਫਾਈਲ ਲੱਗ ਜਾਂਦੀ ਹੈ। ਡਰੌਪ 'ਚ ਕੋਈ ਦਿੱਕਤ ਨਹੀਂ ਆ ਰਹੀ ਹੈ ਫਾਈਲ ਲਗਾਉਣ ਵਿੱਚ। ਜਿੰਨਾ ਕਾਲਜ ਤੁਹਾਨੂੰ ਡਰੌਪ ਦਿੱਤਾ ਹੈਗਾ ਉਹਦੇ ਵਿੱਚ ਤੁਹਾਡੇ ਕੋਲ ਇਨਰੋਲਮੈਂਟ ਲੈਟਰ ਹੋਣਾ ਜ਼ਰੂਰੀ ਹੈਗਾ, ਔਰ ਉਹਦੇ ਨਾਲ ਆਪਾਂ ਫਾਈਲ ਲਗਾ ਰਹੇ ਹੈਗੇ ਹਾਂ ਔਰ ਆਪਣੇ ਰਿਜ਼ਲਟ ਬਹੁਤ ਅੱਛੇ ਆ ਰਹੇ ਨੇ, ਵੀਜ਼ਾਸ ਆ ਰਹੇ ਨੇ, ਅੰਬੈਸੀ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ। ਬਟ ਉਹ ਜੈਨੂਨ ਹੋਣਾ ਚਾਹੀਦਾ ਹੈਗਾ, ਡਰੌਪ ਗਲਤ ਨਹੀਂ ਹੋਣਾ ਚਾਹੀਦਾ, ਜੈਨੂਨ ਡਰੌਪ ਹੋਣਾ ਚਾਹੀਦਾ ਹੈਗਾ, ਔਰ ਤੁਹਾਡੀ ਇਨਰੋਲਮੈਂਟ ਲੈਟਰ ਬਿਲਕੁਲ ਕਰੈਕਟ ਔਰ ਕਾਲਜ ਵੱਲੋਂ ਇਸ਼ੂ ਹੋਣੀ ਚਾਹੀਦੀ ਹੈਗੀ ਐਜ਼ ਔਨ ਡੇਟ। ਉਸ ਤੋਂ ਸੈਕਿੰਡ ਪੁਆਇੰਟ ਸੀ, ਸਪਾਊਸ ਨੇਮ ਮੈਂਸ਼ਨ ਹੋਣਾ ਜ਼ਰੂਰੀ ਹੈ ਪਾਸਪੋਰਟ ਦੇ ਉੱਪਰ ਜਾਂ ਨਹੀਂ। ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ, ਪਾਸਪੋਰਟ ਦੇ ਉੱਪਰ ਸਪਾਊਸ ਨੇਮ ਔਰ ਮੈਰਿਜ ਸਰਟੀਫਿਕੇਟ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਦੋ ਮੈਂਡੇਟਰੀ ਡਾਕੂਮੈਂਟ ਨੇ ਜੋ ਤੁਹਾਡਾ ਸਾਰਾ ਰਿਲੇਸ਼ਨਸ਼ਿਪ ਪ੍ਰੂਵ ਕਰ ਸਕਦੇ ਨੇ। ਬਾਕੀ ਐਡੀਸ਼ਨਲ ਡਾਕੂਮੈਂਟ ਦੇ ਲਈ ਤੁਸੀਂ ਫੋਟੋਜ਼, ਵਟਸਐਪ ਦੀ ਚੈਟ ਔਰ ਆਪਣੇ ਜੋ ਵੀ ਤੁਸੀਂ ਇਨ ਬਿਟਵੀਨ ਮੈਕਸੀਮਮ ਜਿੰਨੀਆਂ ਫੋਟੋਜ਼ ਹੈਗੀਆਂ ਜਿਹਦੇ 'ਚ ਇਕੱਠ ਹੋਵੇ ਮੈਰਿਜ ਦੇ ਲਈ ਉਹ ਤੁਸੀਂ ਲਗਾਓ। ਇਹਦੇ ਨਾਲ ਤੁਹਾਡੇ ਚਾਂਸਿਸ ਆਫ ਗੈਟਿੰਗ ਵੀਜ਼ਾ ਵੁੱਡ ਬੀ ਵੈਰੀ ਵੈਰੀ ਹਾਇਰ। ਬਾਕੀ ਜੋ ਤੁਸੀਂ ਆਧਾਰ ਕਾਰਡ ਦੇ ਉੱਪਰ ਨਾਮ ਚੇਂਜ ਕਰਾਉਣਾ ਆ ਜਾਂ ਪੈਨ ਕਾਰਡ ਦੇ ਉੱਪਰ ਨਾਮ ਚੇਂਜ ਕਰਾਉਣਾ ਆ, ਉਹ ਸਭ ਵੇਸਟੇਜ ਆਫ ਟਾਈਮ ਹੈ, ਵੇਸਟੇਜ ਆਫ ਮਨੀ ਹੈ, ਉਹਦੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਵੀਜ਼ਾ ਦੇ ਵਿੱਚ। ਸੋ ਸਭ ਤੋਂ ਜ਼ਿਆਦਾ ਮੈਂਡੇਟਰੀ ਜੋ ਹੈ ਪਾਸਪੋਰਟ ਦੇ ਉੱਪਰ ਨਾਮ ਔਰ ਤੁਹਾਡਾ ਮੈਰਿਜ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈਗਾ ਅਗਰ ਤੁਸੀਂ ਪੋਜ਼ਿਟਿਵ ਰਿਜ਼ਲਟ ਲੈਣੇ ਹੋ। ਅਗਰ ਇਹ ਚੀਜ਼ਾਂ ਨਹੀਂ ਕਰੋਗੇ ਤਾਂ ਤੁਹਾਨੂੰ ਚਾਂਸਿਸ ਆਫ ਇੰਟਰਵਿਊ ਅੰਬੈਸੀ ਤੋਂ ਬਹੁਤ ਜ਼ਿਆਦਾ ਵੱਧ ਜਾਣਗੇ। ਤੁਹਾਨੂੰ ਅੰਬੈਸੀ ਕਾਲ ਕਰ ਸਕਦੀ ਹੈ ਇੰਟਰਵਿਊ ਦੇ ਲਈ ਔਰ ਤੁਹਾਡੀ ਇੰਟਰਵਿਊ ਲੈ ਸਕਦੀ ਹੈਗੀ ਆ, ਜੋ ਕਿ ਤੁਹਾਡੀ ਪ੍ਰੋਫਾਈਲ ਦੇ ਨੂੰ ਨੈਗੇਟਿਵ ਪਰੂਫ ਕਰਨ ਦੇ ਲਈ ਬਹੁਤ ਜਾਇਜ਼ ਰਹਿਣਗੇ। ਸੋ ਮੈਂ ਤੁਹਾਨੂੰ ਕਹੂੰਗਾ ਕਿ ਇਹ ਚੀਜ਼ਾਂ ਮਿਸਿੰਗ ਕੀਤੇ ਤੋਂ ਬਗੈਰ ਨਾ ਫਾਈਲ ਲਗਾਓ। ਸੋ ਡਾਕੂਮੈਂਟ ਵਿੱਚ ਸਭ ਤੋਂ ਜ਼ਰੂਰੀ ਜਿਹੜੇ ਡਾਕੂਮੈਂਟ ਨੇ ਉਹ ਤੁਹਾਨੂੰ ਮੈਂ ਲਿਸਟ ਡਾਊਨ ਥੋੜ੍ਹਾ ਕਰਵਾ ਦਿੰਦਾ ਹੈ। ਸਭ ਤੋਂ ਪਹਿਲਾਂ ਸਟੱਡੀ ਪਰਮਿਟ, ਸਿਨ ਨੰਬਰ, ਇਨਰੋਲਮੈਂਟ ਲੈਟਰ, ਆਪਣਾ ਸਪੋਂਸਰ ਲੈਟਰ ਫਰੋਮ ਸੋਲਿਸਟਰ ਔਰ ਰੈਂਟ ਡੀਡ। ਇਹ ਬਹੁਤ ਇੰਪੋਰਟੈਂਟ ਡਾਕੂਮੈਂਟ ਨੇ ਜੋ ਆਪਾਂ ਨੂੰ ਕੈਨੇਡਾ ਤੋਂ ਚਾਹੀਦੇ ਨੇ। ਔਰ ਜੋ ਸਪਾਊਸ ਇੰਡੀਆ ਵਿੱਚ ਹੈ ਜਿਨ੍ਹਾਂ ਨੇ ਅਪਲਾਈ ਕਰਨਾ ਕੈਨੇਡਾ ਦਾ ਵੀਜ਼ਾ, ਉਹਨਾਂ ਕੋਲ ਜਿੰਨੇ ਮੈਕਸੀਮਮ ਡਾਕੂਮੈਂਟਸ ਹੋਣ ਆਪਣੇ ਰਿਲੇਸ਼ਨਸ਼ਿਪ ਨੂੰ ਪਰੂਫ ਕਰਨ ਦੇ ਲਈ, ਫੋਟੋਜ਼, ਵਟਸਐਪ ਦੇ ਚੈਟਸ, ਦੈਨ ਤੁਹਾਡੀਆਂ ਮੈਰਿਜ ਵਿੱਚ ਜਿੰਨੀਆਂ ਵੀ ਮੈਕਸੀਮਮ ਫੋਟੋਜ਼ ਤੁਸੀਂ ਕਰ ਸਕਦੇ ਹੋ, ਔਰ ਤੁਸੀਂ ਇਹ ਜਿਹੜੇ ਇਹ ਸਭ ਮੈਂਡੇਟਰੀ ਹੈਗੇ ਨੇ। ਕੁਛ ਜਿਹੜੀਆਂ ਬੱਚਿਆਂ ਦੇ ਕੋਲ ਆਪਣੇ ਆਧਾਰ ਕਾਰਡ ਨੂੰ ਚੇਂਜ ਕਰਵਾ ਲੈਂਦੇ ਨੇ, ਇਹ ਸਭ ਨੈਸੈਸਰੀ ਨਹੀਂ ਹੈ, ਇਹ ਫਾਲਤੂ ਚੀਜ਼ਾਂ ਹੈਗੀਆਂ, ਇਹਨਾਂ 'ਚ ਸਾਨੂੰ ਜਾਣ ਦੀ ਲੋੜ ਨਹੀਂ ਹੈ ਕਿ ਆਪਣੇ ਆਧਾਰ ਕਾਰਡ ਨੂੰ ਚੇਂਜ ਕਰਵਾਓ, ਆਪਣੇ ਪੈਨ ਕਾਰਡ ਨੂੰ ਚੇਂਜ ਕਰਵਾਓ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈ। ਸੋ ਜੋ ਤੁਹਾਨੂੰ ਮੈਂ ਪਹਿਲਾਂ ਲਿਸਟ ਡਾਊਨ ਕਰਵਾਇਆ ਉਹੀ ਤੁਸੀਂ ਕੋਸ਼ਿਸ਼ ਕਰੋ ਆਪਣੇ ਸਪਾਊਸ ਓਪਨ ਵਰਕ ਪਰਮਿਟ ਦੇ ਫਾਈਲ ਲਗਾਉਣ ਦੇ ਵਿੱਚ, ਦੈਟ ਵੁੱਡ ਬੀ ਬੈਟਰ ਫੋਰ ਯੂ।